जान दे साधवानी महिमा ताई वेद नहीं जान दे साधवानी महिमा ताई वेद नहीं जान दे साधवानी महिमा ताई वेद नहीं जान दे साधु आदि महिमा ताई वेद नहीं जान दे साधु आदि महिमा ताई वेद नहीं जान दे साधु आदि महिमा ताई वेद नहीं जान दे साधुआ दी महिमा ताई वेद नहीं जान दे साधुआ दी महिमा ताई सुनी अरदास स्वामी मेरा सर्व कला बनियाई प्रगट पई सगले जुग अंतर गुरु नानक की वडियाई अंगीकार कियो मेरे करते गुरपूरे की वडियाई अपचल नीम धरी गुरु नानक नित नित चढ़े सवाई सुहाओ गुरसिख वीर बजुर्ग माई भाई अति वड्डे भागां वाले हन होर कलयुग दे विच आपां नूं समां मिलिया है बहुत सोहणा समां है ज्यादे दुर्लभ समां है होर कलयुग दे विच इस समें दे कारण गरीब नवाज बाबा जी दे पवित्र वचन नवरम ज्ञानियां दे इत्थे आण के बंदे दे पैर भी सफले हो जांदे जे ज्यादे आउंदा रहे इस दरबार विच तां कहिंदे फिर इहदे पैर ना आउंदे जन्म नूं चरण बण जांदे चरण चरण चलो मार्ग गोबिंद मिटा पाप जपिया हर बिंद जो आने पैरों के नाले चल के इत्थे आण के हाथ भी सफले हो जाते हैं माइया बीबिया प्रशादा बना के गुरसिख इतों के जौलां होर इलाके दियां सिख संगतां चार चपेरे पिंडां दे आण के पूरी ड्यूटी करदे हत्थां दे नाल फिर हाथ भी सफले पैर भी सफले कन्न भी सफले कीर्तन सुनते हैं कीर्तन भी गुरु जी की रसना का वचन है कुरता बीज बीजा नहीं जम्मा गल्लां नूं आख्या जिहड़ियां गल्लां करनियां कहिंदे इन्हां दा कोई फल नहीं लाभ नहीं है कुरता बीज बीजा नहीं जम्मा लाहा मूल गवाएं दा गुरु जी ने एक मोहर ला दी कलयुग में कीर्तन प्रधाना गुरमुख जपिया आ वेखो बैठे सारे गुरमुख जपिया लाए ध्यान गुरु जी ने ओ मोहर लाई है गुरबाणी द्वारा कन्ना दे नाल कीर्तन सुनिया जांदा ते फिर साह संगत अखां दे नाल सोहणे दर्शन हुंदे है किसी दे साधु संगतां दे महापुरखां दे गुरु ग्रंथ साहिब दे सतपुरखां दे दर्शन होंदे ये आपां नूं कर्मां दे नाल सामने बाबे तारे चार चक नौ खंड पृथ्वी सच्चा ढोआ गुरमुख कल विच प्रगट होआ जिथे बाबा नानक प्रगट होया ना बाबा नानक गुरमुख प्रगट नाल गुरमुख भी कहता गुरमु केड़ा जेड़ा बाबे नानक दे वल नूं मूंह करके बैठा गुर मुख
गुरु वाल जिहड़ा मुख करके बैठा उन्हूं गुरमुख आख्या। गुरमुख लाए ध्याना इउं मोहर लाई गुरु पातशाह जी ने। वड्याई ਇਹ ਵੜਿਆਈਆਂ ਮਿਲਦੀਆਂ ਆਪਾਂ ਨੂੰ ਸਾਰਿਆਂ ਨੂੰ ਬੈਠਿਆਂ ਨੂੰ। ਗੁਰੂ ਸਾਹਿਬ ਸਾਰਿਆਂ ਨੂੰ ਧੰਨ ਕਹਿੰਦੇ, ਬਲਿਹਾਰ ਕਹਿੰਦੇ ਆ। ਵੜਿਆਈ ਗੁਰਮੁਖ ਦੇ ਪ੍ਰਭ, ਪ੍ਰਭੂ ਵੜਿਆਈਆਂ ਦਿੰਦਾ, ਸਤਿਗੁਰੂ ਜੀ ਮੋਹਰ ਲਾਉਂਦੇ ਆ। ਵੜਿਆਈ ਗੁਰਮੁਖ ਦੇ ਪ੍ਰਭ, ਗੁਰੂ ਜੀ ਕਹਿੰਦੇ ਹਰ ਪਾਵਾ ਸੋਈ। ਜਿੰਨੀ ਸਾਰੀ ਸੰਗਤ ਕੋਈ ਆਣ ਕੇ ਬਹਿ ਜਾਓ, ਚਾਹੇ ਕਾਲੇ ਰੰਗ ਦਾ ਬਹਿ ਜਾਓ, ਚਾਹੇ ਕੋਈ ਜਾਤ ਦਾ ਬਹਿ ਜਾਓ, ਚਾਹੇ ਕੋਈ ਗੋਤ ਦਾ, ਕੋਈ ਮਰਜ਼ੀ ਪਾਪੀ ਬਹਿ ਜਾਓ, ਪਾਪੀਆਂ ਦਾ ਪਿਓ ਵੀ ਬਹਿ ਜਾਓ, ਕੋੜੀ ਬਹਿ ਜਾਓ, ਗੁਰਮੁਖ ਜਪੀਆ ਲਾਏ ਧਿਆਨਾ। ਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੜਿਆਈ ਗੁਰਮੁਖ ਦੇ ਪ੍ਰਭ, ਹਰ ਪਾਵਾ ਸੋਈ। ਗੁਰਮੁਖ, ਗੁਰਮੁਖ ਦਾ ਕੀ ਕਰਮ ਹੈ? ਇਹ ਵੀ ਗੁਰਮੁਖ ਉਹਦਾ ਨਾਂ ਰੱਖ ਲਿਆ, ਗੁਰਮੁਖ ਬਣ ਗਿਆ? ਨਹੀਂ ਨਹੀਂ, ਗੁਰੂ ਮਹਾਰਾਜ ਜੀ ਕਹਿੰਦੇ ਪਾਤਸ਼ਾਹ ਵੜਿਆਈ ਗੁਰਮੁਖ ਦੇ ਪ੍ਰਭ, ਹਰ ਪਾਵਾ ਸੋਈ। ਗੁਰਮੁਖ ਨਾਨਕ ਆਰਾਧਿਆ, ਗੁਰਮੁਖਾਂ ਨੇ ਗੁਰੂ ਨਾਨਕ ਨੂੰ ਰਾਧਿਆ। ਜਿਨ੍ਹਾਂ ਨੇ ਰਾਧਿਆ ਉਹਨਾਂ ਨੂੰ ਗੁਰੂ ਸਾਹਿਬ ਕੀ ਕਹਿੰਦੇ? ਗੁਰੂ ਸਾਹਿਬ ਸੰਗਤਾਂ ਨੂੰ ਕਹਿੰਦੇ, ਕਹਿੰਦੇ ਸਭ ਆਖ ਹੋ ਧੰਨ। ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਰਾਧਿਆ ਨਾ ਮਹਾਂਪੁਰਖਾਂ ਨੇ, ਸਭ ਆਖੋ ਧੰਨ 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 ਗੁਰ ਸੋਈ। ਜਿਨ੍ਹਾਂ ਨੇ ਗੁਰੂ ਦਾ ਨਾਮ ਜਪਿਆ ਉਹ ਧੰਨਤਾ ਦੇ ਯੋਗ ਬਣ ਜੇ। ਅੱਜ ਆਪਾਂ ਨੂੰ ਸਮਾਂ ਮਿਲਿਆ ਹੈ, ਕਲਯੁਗ ਵਿੱਚ ਨਾਮ ਦਾ ਕਾਲ ਪੈ ਰਿਹਾ ਹੈ, ਆਪਣਾ ਕਰਮ ਚੰਗਾ ਹੈ, ਪੰਜਾਬ ਵਿਹਲਾ ਹੁੰਦਾ ਜਾਂਦਾ। ਵਾਰ 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 ਕਰਦੇ ਲੋਕ, ਇਹ ਬਹੁਤ ਵਾਰੀ ਗਏ ਲੋਕ, ਬਰਮਾ ਨੂੰ ਵੀ ਗਏ ਆ, ਪਾਕਿਸਤਾਨ ਨੂੰ ਵੀ, ਇਹਨਾਂ ਨੂੰ ਮੁੜਨਾ ਪਿਆ। ਇਹ ਗੁਰੂ ਕੀ ਧਰਤੀ ਹੈ? ਇਹ ਧਰਤੀ ਕੈਨੇਡਾ ਵਾਲੇ ਅੰਗਰੇਜ਼ ਸੋਚਦੇ ਆ ਕਿਤੇ ਸਾਡਾ ਇੰਡੀਆ ਦਾ ਵੀਜ਼ਾ ਲੱਗ ਜੇ ਅਤੇ ਅਸੀਂ ਪੰਜਾਬ ਦੀ ਧਰਤੀ 'ਤੇ ਦਰਸ਼ਨ ਕਰੀਏ, ਪੰਜਾਬ ਦੀ ਧਰਤੀ 'ਤੇ ਦਰਸ਼ਨ ਕਰੀਏ। ਇਉਂ ਆਖਿਆ ਅਤੇ ਕੀ ਕਹਿੰਦੇ? ਕਿਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੀ ਚਰਨ ਧੂੜ ਚੱਕ ਕੇ ਮੱਥੇ ਨੂੰ ਲਾਈਏ, ਅੰਗਰੇਜ਼ ਕਹਿੰਦੇ ਸਾਡਾ ਜਨ ਮਰਨ ਕੱਟਿਆ ਜਾਊਗਾ। ਦੇਖੋ, ਇਸ ਕਰਕੇ ਪੰਜਾਬ ਦੀ ਧਰਤੀ ਰਿਖੀਆਂ ਮੁਨੀਆਂ ਸੰਤ ਮਹਾਂਪੁਰਖਾਂ ਦੀ ਹੈ। ਆਪਾਂ ਅੱਧੀ ਵੱਡੇ ਭਾਗਾਂ ਵਾਲੇ ਹਾਂ ਜੋ ਬੈਠੇ ਹਾਂ, ਇੱਕ ਮਨੁੱਖਾ ਦੇ ਹੀ ਮਿਲ ਜਾਣੀ ਬਹੁਤ ਵੱਡੀ ਗੱਲ, ਮਾਣ ਸਜਾਵਾਂ ਮਿਲ ਜਾਣਾ ਚੰਗੀ ਗੱਲ ਹੈ, ਵਧੀਆ ਗੱਲ ਹੈ। ਅਤੇ ਦੂਸਰਾ, ਜਿਹਨੂੰ ਗੁਰਸਿੱਖਾਂ ਦੇ ਘਰ ਜਨਮ ਮਿਲ ਜਾਣਾ, ਕਹਿੰਦੇ ਗੁਰੂ ਸਾਹਿਬ ਕਹਿੰਦੇ ਮੈਂ 100 ਵਾਰੀ ਬਲਿਹਾਰੀ ਜਾਂਦਾ ਜਿਹਨੂੰ ਗੁਰਸਿੱਖਾਂ ਦੇ ਘਰ ਜਨਮ ਮਿਲ ਗਿਆ, ਜਨਮ ਮਿਲ ਗਿਆ। ਗੁਰੂ ਜੀ ਕਹਿੰਦੇ ਜਿਹਦੇ ਮਾਂ ਪਿਓ ਗੁਰਸਿੱਖ ਹੈ, ਗੁਰੂ ਕੀ ਸੇਵਾ ਕਰਦੇ ਅੰਬਰ ਛਕਿਆ। ਗੁਰੂ ਜੀ ਕਹਿੰਦੇ ਮੈਂ 100 ਵਾਰੀ ਬਲਿਹਾਰੀ ਜਾਂਦਾ, ਉਹਨਾਂ ਦਾ 100 ਵਾਰੀ ਧੰਨ ਧੰਨ ਕਹਿੰਦਾ ਉਹਨਾਂ ਨੂੰ। ਉਹਨਾਂ ਨੂੰ ਕਹਿੰਦੇ ਜਿਹੜੇ ਸਿੱਖੀ ਦਾ ਪ੍ਰਚਾਰ ਕਰਦੇ, ਸਿੱਖੀ ਦਾ ਪ੍ਰਚਾਰ ਕਰਾਉਂਦੇ ਆ, ਉਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਧੰਨ 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 ਜਨ, ਤਿੰਨ ਧੰਨ ਲਾ ਗਏ। ਵੇਖੋ, ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਗੁਰੂ ਦੁਨੀਆਂ ਦੇ ਬਹੁਤ ਹਨ, ਪਰ ਤੁਸੀਂ ਮਾਣ ਕਰਿਆ ਕਰੋ ਵੀ ਸਾਡੇ ਗੁਰੂ ਸਾਹਿਬਾਂ ਵਰਗਾ ਕੋਈ ਗੁਰੂ ਨਹੀਂ ਹੈ। ਇੰਨੇ ਮਾਣ ਕਰਨ ਦੇ ਨਾਲ ਵੀ ਤੁਹਾਡਾ ਨਿਤਨੇਮ ਦਾ ਘਾਟਾ ਪੂਰਾ ਹੋ ਜੂ। ਮਾਣ ਕਰੋ ਗੁਰੂ ਸਾਹਿਬ 'ਤੇ, ਆਪਣੇ ਗੁਰੂ ਵਰਗਾ ਕੋਈ ਨਹੀਂ ਹੈ। ਇਸ ਕਰਕੇ ਸਾਸ ਗੁਰੂ ਸਾਹਿਬ ਨੂੰ, ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਕਾਬਲ ਕੰਧਾਰ ਦੀਆਂ ਸੰਗਤਾਂ ਨੇ ਵੀ ਗੁਰੂ ਜੀ ਸਾਡੇ ਪਿੰਡ ਵਿੱਚ ਕੋਹੜ ਦੀ ਬਿਮਾਰੀ ਪੈ ਗਈ ਹੈ ਅਤੇ 9-9 ਬੰਦੇ ਰੋਜ਼ ਦੇ ਮਰਦੇ ਆ, ਅਤੇ ਕਿਰਪਾ ਦੇ ਘਰ ਵਿੱਚ ਆਓ ਤੁਸੀਂ ਚੱਲੋ ਅਤੇ ਬਿਮਾਰੀ ਨੂੰ ਠੱਲ ਪਵੇ, ਸਾਡਾ ਇਲਾਕਾ ਸਾਰਾ ਵਿਹਲਾ ਹੋ ਰਿਹਾ, ਕਾਬਲ ਕੰਧਾਰ। ਇਉਂ ਆਖਿਆ। ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਜਾ ਨਹੀਂ ਸਕਦੇ,
क्यों गुरु जी कहते असि बाणी उच्चारण कर रहे सुख नहीं साहब दी पंचम पातशाह कहते उन्होंने की आख्या वो कहते आवे आसा रितासा बंद हो गया ही हूँ ये गुरु घर विचों नाराज हो गए जाइए बहुत वड्डी गल गुरु जी कहते नाराज हो गए ना जावो गुरु सच्चे पातशाह कहते खुशियां का दरबार है गुरु जी कहते कुछ दिन तुसी रहो असी 16 अष्टपदियां चारण करतियां 8 रहिंदियां 24 पूरियां हो जाणगियां तुहानूं सुखनी साहब दी पोथी देवांगे गुटका सुखनी साहब दा उन्होंने आखिया जी 9-9 बंदे रोज दे मरदे पिंड वेला हो रहा 9 बंदियां दा छिछकार रोज हुंदा ते उदों ताईं तां साडा पिंड वेला हो जूगा जदों असीं इत्थों जावांगे कोई तां जाण दे देण लग जाणे कावर कंधार कोई तुहाडे चरणां च रहण दे नाल वेखो गुरु साहब गुरु वर्गा कोई गुरु इहो जिहा गुरु नहीं कोई होना गुरु जी कहिंदे असीं गुरु नानक दी गद्दी ते माण करके कह दिंदे आ है आप ही गद्दी ते पर पर्दा पाउंदे आ मैं नहीं आउंदी कहिंदे असीं गुरु नानक दी गुरगद्दी ते माण करके कहिंदे आ श्री अंबरसर बैठे आ गुरु जी कहिंदे इत्थों वचन कर दिंदे कावल कंधार अज तो बाद कोड ना तुहाडे पिंड लाके शहरां विच कोई भी मरेगा नहीं कोई नहीं मरेगा अचरज खेल है कैसा साडा मालक है श्री अंबरसर बैठे असी वचन कर रहे हाँ इउं मोहर लाई है ये तीन वचन हो रहे सी भी उम्र घट गई 11 साल 11 महीने दी ते महापुरख ते वेखो 20वीं सदी दे बाबा आनंद सिंह जी महाराज पर बाबा जी वर्गा बण नहीं कोई सकदा बहुत आ दुनिया ते तुरे फिरदे ठीक है नकल भी नहीं हुंदी बाबा आनंद सिंह वर्गी बाबा जी दी कमाई दुर्लभ है आपां बड़े भागां वाले हाँ इस करके सास वेखो बाबा जी ऋषिकेश सी ऋषिकेश ऐ दवान सजिया होया सी ते गंगा राम ब्रह्मण आए उन्हां दी कोई बदनी रिश्तेदारी सी असीं उह वेखे आऊं बिरध होए ते साध संगत उन्हां दी बदनी रिश्तेदारी सीगी गंगा राम ब्रह्मण सी बिरध तकड़ी उम्र दे सीगे उह ते उह चतरभुज उत्थे आश्रम है उत्थे रहिंदे सी उन्हां दे गुरु ਉਹਨਾਂ ਕੋਲ ਉਹ ਰਹਿੰਦੇ ਸੀ ਉਹਨਾਂ ਕੋਲ ਅਤੇ ਉਹ ਸਾਰਾ ਟੇਵਾ ਪੱਤਰੀ ਜਿਹੜੇ ਡਾਇਰੀਆਂ 'ਤੇ ਲਿਖਦੇ ਨਾ ਆਪਾਂ ਵੀ ਚੰਦ ਸੂਰਜ ਨੂੰ ਗ੍ਰਹਿਣ ਲੱਗੇਗਾ ਆਹ ਹੋਵੇਗਾ ਉਹ ਲਿਖਦੇ ਸੀਗੇ ਯੰਤਰੀਆਂ ਉਹਨਾਂ ਦੀਆਂ ਅਤੇ ਉਹ ਫਿਰ ਜਦੋਂ ਉੱਥੇ ਲਿਖੀ ਗਏ ਸੀ ਨਾ ਵੇਖਿਆ ਉਹਨਾਂ ਨੇ ਵੀ ਕੱਲ੍ਹ ਨੂੰ ਕੀ ਹੋਊ ਕੱਲ੍ਹ ਨੂੰ ਅਤੇ 6 ਬੰਦੇ ਬੇੜੇ ਵਿੱਚ ਡੁੱਬਣਗੇ ਮੂਹਰੇ ਪਾਣੀ ਦੀ ਛੱਲ ਆਊਗੀ ਕੱਲ੍ਹ ਨੂੰ ਡੁੱਬਣਗੇ ਕੱਲ੍ਹ ਨੂੰ ਜਿਹਦੇ ਦਰਦ ਹੋਵੇ ਉਦਾਸ ਹੁੰਦਾ ਉਹ ਕੁਛ ਕਮਾਈ ਵਾਲੇ ਸੀ ਉਹਨਾਂ ਨੇ ਆਖਿਆ ਕੱਲ੍ਹ ਡੁੱਬ ਹੀ ਜਾਣੇ ਕੋਈ ਚਾਰਾ ਨਹੀਂ ਚੱਲਦਾ ਫਿਰਦੇ ਤੁਰਦੇ ਗਰੀਬ ਨਿਵਾਜ ਬਾਬਾ ਜੀ ਕੋਲ ਆ ਗਏ ਬਾਬਾ ਜੀ ਦਾ ਐਂ ਦੀਵਾਨ ਸਜਿਆ ਹੋਇਆ ਸੀ ਇੱਥੇ ਪ੍ਰਤੱਖ ਸ਼ਕਤੀ ਵਰਤਦੀ ਹੈ ਭਾਵਨਾ ਵਾਲੇ ਝੋਲੀ ਕਰੋ ਝੋਲੀ ਖਾਲੀ ਨਹੀਂ ਜਾਂਦੀ ਭਰ ਕੇ ਜਾਂਦੀ ਭਾਵਨਾ ਵਾਲੇ ਇਸ ਕਰਕੇ ਸਾਧ ਸੰਗਤ ਉਹਨਾਂ ਦੇ ਭਗਵੇਂ ਲੀੜੇ ਪਾਏ ਸੀ ਉਹਨਾਂ ਨੇ ਪਹਿਲਾਂ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ ਫਿਰ ਪਾਸੇ ਦੇ ਹੋ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਬਾਬਾ ਜੀ ਸਾਧੂ ਦਾ ਸਤਿਕਾਰ ਬਹੁਤ ਕਰਦੇ ਸੀ ਆਹ ਜਿਹੜੀ ਸਭਾ ਬਣੀ ਹੈ ਇਹਨਾਂ 'ਚ ਬਹਾ ਲੈਂਦੇ ਸੀ ਸਾਧੂ ਨੂੰ ਬਾਬਾ ਜੀ ਬਾਬਾ ਜੀ ਨੇ ਕੋਲ ਬੁਆ ਲਿਆ ਬੁਆ ਕੇ ਬਾਬਾ ਜੀ ਕਹਿੰਦੇ ਸੰਤ ਮਿਲੇ ਕੁਛ ਕਹੀਏ ਕੁਛ ਸੁਣੀਏ ਉਹ ਕਹਿੰਦੇ ਮਹਾਂਪੁਰਖੋ ਕੱਲ੍ਹ ਨੂੰ ਕੀ ਹੋਊਗਾ ਇਉਂ
बाबा जी कहते मैं कोई ज्योतिषी हाँ, मैं कोई विद्वान है, इवें आख्या तुसी विद्वान है, तुसी ज्योतिषी है, तुहानू पता कल नू की होऊ। वो कहते नहीं जी तुसी दसो भी कल नू की होऊ। बाबा जी कहन लगे ऐ तो मैनू पता नहीं भी कल नू की होऊ। बाबा जी कहते सामने मेरा गुरु नानक बैठा है, दोनों हाथ जोड़ के बाबा जी कहते मैं गुरगद्दी ते माण करके कहना जेड़ा कल नू होऊ जा नहीं होऊगा, जेड़ा कल नू होऊगा वह जा नहीं होऊगा। वो हैरान हो गए, साधकी महिमा उदों की गल करते हैं जा होर देखो। अगले दिन वो आए जातरू बैठे जिते राम जी का झूला है, तो उत्थे साध संत ऋषिकेश जातरू बिच बह गए। जो बह गए छे जाने, चार फुट की छल आई मूहरे पानी की बहुत उच्ची, एक दिन बेड़ा चखता ताम उन्होंने आख्या आ वेखो ये तो होए मूहदे, पर दो मिनट जी हवा बदल गई पिछों छल आ गई एक सेकेंड ची। जो नेड़े किनारे से एक बंदा डिग पिया, उन्हें कोई तरना आता सी तो बाहर आ गया, पंजे दे पंजे छे ही सावत आ गए। शान दुआन सजिया झोले च पता किताबा पा के गंगा राम ब्रह्मण जी बाबा को, बाबा जी को आन के रख दी ठा देने मारिया। हजूर हस के कहते की है, कहते असी इतों तक करा इदू आ किताबा तो गां तुसी है महापुरखो, तुसी ये गल ठीक लिखी है साध की महिमा वेद ना जान, इं आख्या इं मोहर लाई। बाबा जी कहते त्रेते च राम आया युग समाप्त हो गया, द्वापर विच कृष्ण आया वह भी युग समाप्त हो गया, ड्यूटी पूरी हो गई। बाबा जी कहते हुण ड्यूटी है गुरु नानक साहब की, कोई भी गुरु नानक का नाम जपेगा बाबा जी कहते उहदे कर्म जिहड़े पुठे आ उह सिद्धे हो जा करनगे। आ समा मिले आपां सारिआं नूं, इहां मोहर लाई अपने बाबा जी ने। इस करके साहब वेखो कैसा गुरु अर्जन साहब पातशाह जी ने वचन करता। गुरु जी कहते अज तो मुड़ के असीं श्री अमृतसर बैठे हैं, गुरु नानक की गद्दी ते माण करो। गुरु साहब फरमाउण लगे कहिंदे अज तो मुड़ के काबल कंधार सारे इलाके शहरां विच इउं मोहर लाई। काबल पिंड है, कंधार सूबा है, भी सारे सूबे विच कोट दे नाल कोई नहीं मरेगा, इउं आख्या। तो उन्होंने आख्या जिन्हां नूं कोट हो गया उन्होंने, गुरु जी कहिंदे इत्थे रहो। गुरु साहब कोल रहे, सेवा सिमन करते रहे, वेखते रहे, दर्शन करते रहे। गुरु जी ने बाणी उचारनी शुरू की, पर किसी बंदे ने कई बंदे चुगली करनों हटते नहीं। गुरु अर्जन साहब के गूठ के उत्ते ना एक माड़े जे सूई के नके जिन्ना कोट का निशान से गुरु अर्जन साहब के, किसी बंदे का फुरना बनिया भी जो गुरु के आप दे गूठे उत्ते होवे ते बाणी करन वाले उच्चारण करन वाले दा बाणी दा वचन किवें पूरा हो सकदा। गुरु जी जाण गए गल नूं, पर ये कई किंतु परंतु करदे वी गुरु अर्जन साहब दे गूठे ते क्यों होया कोट दा निशान। जदों गद्दी दित्ती ना बाबा लहणा जी नूं गुरु नानक साहब पातशाह ने, उदों किसे चुगलीखोर बंदे ने घरे जा के ना बाबा श्री चंद नूं दसता भी तुसी खाली रह गए, ते बाबे लहणे नूं तुहाडे बापू गुरु नानक ने गुरगद्दी देती है। बाबा श्री चंद कहिंदे कहिंदे की गुरमर्यादा वरताई उत्थे, कहिंदे इशनान कराया बाबे लहणे दा सिख दा चेले दा,
चिट्टे लीड़े पाए, तख्त पोस्ते बिठाया। गुरु साहब पांच पैसे नारियल लेके पांच परकर्मा करके ते मूरे बाबे लैण दे रख के हाथ जोड़ के गुरु अर्जन गुरु नानक ने मत्था टेकता। जो मत्था टेकता बाबे लैणे नू ना श्री चंद सहसवाए कहिंदे कहिंदे ओ कहिंदे ओ चेला बन के सेवक बन के सिख बन के ओ अपने गुरु तो मत्था टका लिया, बैठा ही रहा। अखे बैठा रहा कहिंदे उहदे पैरां नू कोड़ना हो गया। बाबा श्री चंद ने वचन करता जानी श्राफ देता उहदे पैरां नू कोड़ना हो गया। इहों आख्या ते चुगलीखोर साध संत हटदा नहीं चुगली करन नू। उन्हें अगले दिन ना सुबह ही बाबा लैणा जी नू कहिंदे जी गद्दी तां भावें तुहानू मिल गई है पर श्री चंद दी क्रोपी बहुत आ तुहाडे ते। उधरों इउं कहता कहिंदे प्यारा की कहिंदे कहिंदे आए कहिंदे उहदे पैरां नू कोड़ना हो गया। कहिंदे आए आ क्या कि हाँ सुबह दुआन च ही नहीं आए, अंदर ही रहे। गुरु अंगद साहब अकाल पुरख ने वचन किया भी जाओ ड्यूटी से बाहर संगत बैठी है दर्शन दो नाम जपाओ। हे अकाल पुरख सत साल सेवा की मुफ्त मंगिया कुछ भी नहीं, कुछ नहीं मंगिया, एक मांग पूरी करो। मेरे गुरु गुरु नानक दे साहिबजादियां दी रसना ते पावर होनी चाहिए ताकत, ते मेरे सारे शरीर नू कोड़ हो जाना चाहिए। मंग मंगी देखो जीतन जीतन हर कोई आखे जल्दी हार फकीरा, जीतन दा मुल कौड़ी नाही हारन दा मुल हीरा। के अकाल पुरख मेरी एक मंग है मेरे साहिबजादे सच्चे पातशाह दे उन्हां दी रसना विच ताकत होनी चाहीदी है। किन्नी निमरता राते राती कोड़ हो गया, जो तड़के इनान कराने लगे ना जोत लियांदी जोत ते चोड़ा लाया, चोड़ा लाया खंडूर साहब दा जिक्र है। ते बाबा बुढ़ा जी कहिंदे पातशाह ये की करी बैठे हो। बाबा जी नूं पता सी कमाई वाले सी, कहिंदे बाबा बुढ़ा जी नवी गुरगद्दी दी बाबा श्री चंद ने शीरवाद भेजी है, शीरवाद दिता शराब। शराब नहीं आख्या कहिंदे गुरगद्दी दी उन्होंने शीरवाद दिती है मैनू ये। कहिंदे महाराज एक बेनती है बाबा बुढ़ा जी भाई पैड़ा भाई मोखा उन्होंने ये गल का पता लग गया, उन्होंने कोई अष्टा वचन करता ते उन्हां दी रसना दा वचन सिर मत्थे ते मन्निया इन्हां ने बाबा लैणा जी ने। ते की आख्या कहिंदे हुण ऐ करो भी एक बेनती है संगतां दी ते तुहाडे मूहरे वास्ता पाउणे गुरु नानक दा, हुण जे सिद्ध आउणगे तुहाडे दर्शन करनगे। गुरु नानक ने सारे सिद्धां नूं जित्तिया, पंडतां नूं जित्तिया, काजियां मुल्लां नूं जित्तिया। जदों हुण गद्दी ते बैठण वाले तुहानूं वेखणगे ते हासा मखौल करनगे वी कौण हो गया। गुरु नानक तों बाद गद्दी कोई नहीं है, वास्ता गुरु नानक दा। इस वचन नूं वापस लवो, वापस लवो। इउं आख्या जदों वास्ता पाया ना गुरु नानक दा, गुरु अंगद साहब कहिंदे हे अकाल पुरख बेनती इक है भी मेरे सज्जे अंगूठे उत्ते ना सारे शरीर ते हट जाना चाहिए कोड़, कल्ले सज्जे अंगूठे उत्ते कोड़ दा निशान रह जाना चाहिए। माड़ा जिहा सी कोड़ दा निशान रहा उह, जदों कोई मत्था टेकदा नहीं गुरु अंगद साहब नूं ओह ये गल कहिंदा सी जी अंगूठे ते की हो गया।
ਤੇ ਬਾਬਾ ਲਹਿਣਾ ਜੀ ਕੀ ਕਹਿੰਦੇ ਸੀ? ਕਹਿੰਦੇ ਹਿਰਦੇ ਦੇ ਹਿਰਦੇ ਵਿੱਚ ਤਾਂ ਗੁਰੂ ਨਾਨਕ ਬੈਠਾ ਚੌਂਕੜਾ ਮਾਰੀ, ਸੱਜੇ ਅੰਗੂਠੇ ਉੱਤੇ ਬਾਬਾ ਸ੍ਰੀ ਚੰਦ ਦਾ ਆਸਣ ਲੱਗਿਆ ਹੋਇਆ ਹੈ। ਜਦੋਂ ਮੈਂ ਅੰਗੂਠੇ ਦੇ ਦਰਸ਼ਨ ਕਰਦਾ ਮੈਨੂੰ ਸ੍ਰੀ ਚੰਦ ਦੇ ਰੋਜ਼ ਦਰਸ਼ਨ ਹੁੰਦੇ ਆ। ਇਉਂ ਆਖਿਆ। 12 ਸਾਲ ਗਾਗਰ ਦੀ ਸੇਵਾ ਕੀਤੀ ਅਮਰਦਾਸ ਪਾਤਸ਼ਾਹ ਜੀ ਨੇ। ਗੁਰੂ ਅੰਗਦ ਸਾਹਿਬ ਕਹਿੰਦੇ ਅਮਰਦਾਸ ਤੇਰੀ ਸੇਵਾ ਪੂਰੀ ਹੋ ਗਈ, ਅਸੀਂ ਖੁਸ਼ ਹਾਂ, ਮੰਗ ਲਾ ਜੋ ਕੁਛ ਮੰਗਣਾ ਹੈ। ਕਹਿੰਦੇ ਜੀ ਮੰਗ ਇਹੀ ਹੈ ਵੀ ਜਿਹੜਾ ਤੁਹਾਡਾ ਸੱਜੇ ਅੰਗੂਠੇ ਉੱਤੇ ਬਾਬਾ ਸ੍ਰੀ ਚੰਦ ਦਾ ਆਸਣ ਆ ਨਾ, ਕੋਟ ਦਾ ਨਿਸ਼ਾਨ ਆ, ਇਹ ਮੇਰੇ ਅੰਗੂਠੇ 'ਤੇ ਕਰ ਦਿਓ, ਕਿਰਪਾ ਦੇ ਘਰ ਵਿੱਚ ਆਓ। ਇਸ਼ਨਾਨ ਕਰਾ ਕੇ ਬਾਬਾ ਲਹਿਣਾ ਜੀ ਨੇ, ਬਾਬਾ ਲਹਿਣਾ ਜੀ ਕਹਿੰਦੇ ਨਾਲੇ ਤਾਂ ਤੈਨੂੰ ਗੁਰਗੱਦੀ ਦਿੱਤੀ ਅਤੇ ਨਾਲੇ ਬਾਬਾ ਸ੍ਰੀ ਚੰਦ ਦਾ ਆਸਣ ਦਿੱਤਾ। ਉਹ ਬੈਠਣ ਸਾਰ ਗੱਦੀ 'ਤੇ ਅਮਰਦਾਸ ਪਾਤਸ਼ਾਹ ਦੇ ਅੰਗੂਠੇ 'ਤੇ ਕੋਟ ਦਾ ਨਿਸ਼ਾਨ ਹੋ ਗਿਆ। ਇਵੇਂ ਫਿਰ ਗੁਰੂ ਰਾਮਦਾਸ ਨੇ ਮੰਗੀ ਮੰਗ, 25 ਸਾਲ ਸੇਵਾ ਕੀਤੀ ਅਮਰਦਾਸ ਪਾਤਸ਼ਾਹ ਜੀ ਨੇ। ਗੁਰੂ ਰਾਮਦਾਸ ਪਾਤਸ਼ਾਹ ਨੇ 25 ਸਾਲ ਸੇਵਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਦੀ 25 ਸਾਲ, ਅਤੇ ਕੋਟ ਦਾ ਨਿਸ਼ਾਨ ਰਿਹਾ। ਅਤੇ ਮੰਗ ਮੰਗੀ ਅਤੇ ਆਖਿਆ ਰਾਮਾ ਮੈਂ ਤੇਰੇ 'ਤੇ ਸਭ ਤੋਂ ਵੱਧ ਖੁਸ਼ ਹਾਂ, ਕੁਛ ਮੰਗ ਲਾ। ਕਹਿੰਦੇ ਜੀ ਜੋ ਤੁਹਾਡੇ ਸੱਜੇ ਅੰਗੂਠੇ ਉੱਤੇ ਬਾਬਾ ਸ੍ਰੀ ਚੰਦ ਦੀ ਮਿਹਰ ਆ ਨਾ, ਇਹ ਮੇਰੀ ਝੋਲੀ ਵਿੱਚ ਪਾ ਦਿਓ, ਪਾ ਦਿਓ। ਅਤੇ ਕਹਿੰਦੇ ਤੈਨੂੰ ਗੁਰਗੱਦੀ ਵੀ ਬਖਸ਼ੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ, ਤੈਨੂੰ ਗੱਦੀ ਬਖਸ਼ੀ ਅਤੇ ਨਾਲੇ ਤੈਨੂੰ ਬਾਬਾ ਸ੍ਰੀ ਚੰਦ ਦਾ ਆਸਣ ਦਿੱਤਾ। ਗੱਦੀ 'ਤੇ ਬੈਠਣ ਸਾਰ ਹੀ ਹੋ ਗਿਆ। ਇਵੇਂ ਗੁਰੂ ਰਾਮਦਾਸ ਪਾਤਸ਼ਾਹ ਨੇ ਆਖਿਆ ਅਰਜਨ ਦੇਵ ਮੈਂ ਸਭ ਤੋਂ ਖੁਸ਼ ਹਾਂ, ਪਿਰਥੀ ਚੰਦ 'ਤੇ ਨਾਰਾਜ਼ ਹਾਂ, ਮਹਾਂਦੇਵ ਦੂਜਾ ਭਰਾ ਹੈ, ਉਹਨੇ ਸੇਵਾ ਕੀਤੀ ਥੋੜ੍ਹੀ ਕੀਤੀ ਪਰ ਤੇਰੀ ਪਿਛਲੇ ਯੁੱਗਾਂ ਦੀ ਕਮਾਈ ਵਾਲੀ ਆ, ਮੰਗ ਲਾ ਜੋ ਕੁਛ ਮੰਗਣਾ ਚਾਹਤੇ ਆਵੇਖੋ, ਤੇਰੀ ਚਾਰ ਯੁੱਗ ਦੀ ਕਮਾਈ ਹੈ। ਗੁਰੂ ਅਰਜਨ ਸਾਹਿਬ ਨੂੰ ਚਾਰ ਯੁੱਗ ਦੀ, ਮੰਗ ਲਾ ਜੋ ਕੁਛ ਮੰਗਣਾ। ਕਹਿੰਦੇ ਜੀ ਭਾਂਡੇ ਤਾਂ ਸਾਰੇ ਭਰਦੇ ਆ ਤੁਸੀਂ ਪਰ ਬਾਬਾ ਸ੍ਰੀ ਚੰਦ ਦੀ ਮਿਹਰ ਰਹਿੰਦੀ ਹੈ, ਮੇਰੇ ਅੰਗੂਠੇ 'ਤੇ ਕਰ ਦਿਓ। ਗੁਰੂ ਰਾਮਦਾਸ ਪਾਤਸ਼ਾਹ ਨੇ ਨਾਲੇ ਤਾਂ ਗੁਰਗੱਦੀ ਬਖਸ਼ੀ ਅਤੇ ਉਹ ਗੁਰੂ ਅਰਜਨ ਸਾਹਿਬ ਦੇ ਅੰਗੂਠੇ ਉੱਤੇ ਬਾਬਾ ਸ੍ਰੀ ਚੰਦ ਦੀ ਮਿਹਰ ਦਾ ਨਿਸ਼ਾਨ ਰਿਹਾ। ਅਤੇ ਗੁਰੂ ਸਾਹਿਬ ਨੇ ਕਾਬਲ ਦੀ ਸੰਗਤ ਨੂੰ ਆਖਿਆ ਕੋੜ ਨਹੀਂ ਰਹੂਗਾ, ਅਸੀਂ ਸੁਖਮਨੀ ਸਾਹਿਬ ਉਚਾਰਨ ਕਰਦੇ ਹਾਂ। ਪਰ ਕਿਸੇ ਕਿੰਤੂ ਪਰੰਤੂ ਚੁਗਲੀਖੋਰ ਨੇ ਆਖਿਆ ਜਦੋਂ ਗੁਰੂ ਅਰਜਨ ਸਾਹਿਬ ਦੇ ਅੰਗੂਠੇ 'ਤੇ ਦੂਜਿਆਂ ਦਾ ਕਿਵੇਂ ਠਾਉਣਗੇ? ਗੁਰੂ ਜੀ ਕਹਿੰਦੇ ਇਹ ਗੱਲ ਠੀਕ ਹੈ। ਗੁਰੂ ਜੀ ਕਹਿੰਦੇ ਪਹਿਲਾਂ ਅੰਗੂਠੇ ਦਾ ਕੋਲ ਹੀ ਠਾ ਕੇ ਵੇਖੀਏ, ਚੱਲੀਏ। 62 ਪਿੰਡ ਬਾਬਾ ਸ੍ਰੀ ਚੰਦ ਕੋਲ ਗਏ ਗੁਰੂ ਅਰਜਨ ਸਾਹਿਬ ਜੀ। ਗੁਰੂ ਅਰਜਨ ਸਾਹਿਬ ਗਏ, ਜਦੋਂ ਗਏ ਨਾ ਬਾਬਾ ਸ੍ਰੀ ਚੰਦ ਥੜੇ 'ਤੇ ਬੈਠੇ ਸੀ, ਬੋਰਡ ਦਾ ਦਰਖਤ ਆ ਹੁਣ ਵੀ ਹੈਗਾ, ਥੜਾ ਸੀ, ਉੱਤੇ ਸ਼ੇਰ ਦੀ ਖੱਲ ਸੀ, ਖੱਲ ਦੇ ਉੱਤੇ ਬੈਠੇ ਸਮਾਧੀ ਲਾ ਕੇ ਬਾਬਾ ਸ੍ਰੀ ਚੰਦ, ਬਾਬਾ ਸ੍ਰੀ ਚੰਦ। ਅਤੇ ਉਹਨਾਂ ਦੀ ਉਸ ਟਾਈਮ 'ਤੇ 125 ਸਾਲ ਉਮਰ ਸੀ, 125 ਸਾਲ, ਕੁੱਲ 151 ਸਾਲ ਉਮਰ ਹੋਈ ਆ ਉਹਨਾਂ ਦੀ 6ਵੇਂ ਪਾਤਸ਼ਾਹ ਤਾਈ ਬਾਬਾ ਸ੍ਰੀ ਚੰਦ। ਅਤੇ ਬਰਾਗਣ ਲਾਈ ਬੈਠੇ ਸਮਾਧੀ 'ਚ, ਸੇਵਾਦਾਰਾਂ ਨੇ ਆਖਿਆ ਜੀ 5ਵੇਂ ਪਾਤਸ਼ਾਹ ਆਏ ਸ੍ਰੀ ਅੰਮ੍ਰਿਤਸਰ ਤੋਂ। ਅਤੇ ਚੁੱਪ ਸਮਾਧੀ 'ਚ, ਬੇਪਰਵਾਹ ਸਮਾਧੀ 'ਚ ਗੁਰੂ ਅਰਜਨ ਸਾਹਿਬ ਕੋਲੇ ਹੋ ਗਏ, ਥੜੇ 'ਤੇ ਚੜ੍ਹ ਗਏ, ਥੜੇ 'ਤੇ ਚੜ੍ਹ ਗਏ, ਜੇ ਦੋਨੇ ਚਰਨ ਫੜ ਲਏ, ਬੋਲੇ ਨਹੀਂ, ਦੋਨੇ ਚਰਨ ਫੜ ਕੇ ਮੱਥਾ ਜਦੋਂ ਟੇਕਿਆ ਨਾ, ਅਤੇ ਬਾਬਾ ਸ੍ਰੀ ਚੰਦ ਦੀ ਸਮਾਧੀ ਖੁੱਲ੍ਹੀ। ਜੇ ਸਮਾਧੀ ਖੁੱਲ੍ਹੀ, ਗੁਰੂ ਅਰਜਨ ਸਾਹਿਬ ਦੇ ਚਿਹਰੇ ਵੱਲ ਵੇਖਿਆ, ਸਾਰੀਆਂ ਪਾਤਸ਼ਾਹੀਆਂ ਤੋਂ ਦਾੜਾ ਵੱਡਾ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਸਾਹਿਬ ਦਾ ਸੀਗਾ, ਦਾੜਾ ਵੱਡਾ।
ਤੇ ਬਾਬਾ ਸ੍ਰੀ ਚੰਦ ਵੇਖ ਕੇ ਕਹਿੰਦੇ ਅਰਜਨ ਇਉਂ ਬੋਲੀ ਕੀ ਕਹਿੰਦੇ ਕਹਿੰਦੇ ਐਡਾ ਐਡਾ ਦਾੜਾ ਵਧਾਇਆ ਤੇ ਸੁਣਿਆ ਬਚਨ ਕਿੰਤੂ ਪਰੰਤੂ ਕਰਨ ਵਾਲੇ ਹੁਣ ਬਹੁਤ ਹੈ ਪਰ ਹੁਣ ਬਚਨ ਸੁਣੋ ਐਡਾ ਐਡਾ ਦਾੜਾ ਵਧਾਇਆ ਗੁਰੂ ਅਰਜਨ ਸਾਹਿਬ ਕਹਿੰਦੇ ਤੁਹਾਡੇ ਪਿਤਾ ਗੁਰੂ ਨਾਨਕ ਦੇ ਚਰਨੀ ਲੱਗ ਕੇ ਸਿੱਖੀ ਦੀ ਦਾਤ ਮਿਲੀ ਹੈ ਤੇ ਦਾੜਾ ਵਡਾ ਬਜਾ ਦਾੜਾ ਵਧਾਇਆ ਤੁਹਾਡੇ ਚਰਨ ਝਾੜਨ ਵਾਸਤੇ ਕਿਹਾ ਨਹੀਂ ਹੁਣ ਤੁਸੀਂ ਸੋਚੋ ਗੁਰੂ ਅਰਜਨ ਸਾਹਿਬ ਗੋਲਣੀ ਹੋ ਕੇ ਫੜ ਕੇ ਦਾੜਾ ਬਾਬਾ ਸ੍ਰੀ ਚੰਦ ਦੇ ਜਦੋਂ ਪੈਰ ਪੂੰਝਣ ਲੱਗੇ ਤੇ ਬਾਬਾ ਸ੍ਰੀ ਚੰਦ ਦੇ ਅੱਖਾਂ ਵਿੱਚੋਂ ਜਲ ਆਇਆ ਬਾਬਾ ਸ੍ਰੀ ਚੰਦ ਨੇ ਬਹੁਤ ਸੋਹਣਾ ਵਚਨ ਕਰਿਆ ਕਿਹੜਾ ਕਹਿੰਦੇ ਅਰਜਨ ਦੇਵ ਗੁਰੂ ਜੀ ਕਹਿੰਦੇ ਆਹਾ ਨਿਮਰਤਾ ਵਾਲਾ ਗੁਣ ਸਾਡੇ ਵਿੱਚ ਨਾ ਆਇਆ ਤਾਂਹੀਓ ਤੁਸੀਂ ਸਾਡੇ ਬਾਪੂ ਜੀ ਦੀ ਗੁਰਗੱਦੀ ਦੇ ਮਾਲਕ ਬਣੇ ਬੈਠੇ ਆ ਆਹ ਨਿਮਰਤਾ ਦਾ ਗੁਣ ਨਾ ਆਇਆ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਸਿਮਲਾ ਤੂੰ ਮਾਣ ਨਾ ਕਰੀ ਫਲ ਨੀਵਿਆਂ ਨੀਵਿਆਂ ਰੁੱਖਾਂ ਨੂੰ ਲੱਗਦੇ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਸਿਮਲਾ ਤੂੰ ਮਾਣ ਨਾ ਕਰੀ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਸਿਮਲਾ ਤੂੰ ਮਾਣ ਨਾ ਕਰੀ ਫਲ ਨੀਵਿਆਂ ਨਿਵਰਤਾ ਦੇ ਵਿੱਚ ਹੀ ਸਾਰਾ ਕੁਛ ਨਿਵਰਤਾ ਵਾਲੇ ਕੁਛ ਮਰਜ਼ੀ ਲੈ ਸਕਦੇ ਮਿੱਠੀਆਂ ਬੋਲਾਂ ਦੇ ਨਾਲ ਬਾਬਾ ਨਾਨਕ ਸਾਹਿਬ ਕਹਿੰਦੇ ਸਾਧੂ ਦੇ ਕਰਮਾਂ 'ਚ ਕੋਈ ਵੀ ਚੀਜ਼ ਨਾ ਹੋਵੇ ਮਿੱਠੀਆਂ ਬੋਲਾਂ ਨਾਲ ਸਾਧੂ ਲੁੱਟੇ ਜਾਂਦੇ ਆ ਬਿਰਲੇ ਮਹਾਂਪੁਰਖ ਆ ਉਹ ਇਉਂ ਆਖਿਆ ਅਤੇ ਵੇਖੋ ਹੁਣ ਇੱਥੇ ਕਈ ਕਿੰਤੂ ਪਰੰਤੂ ਕਰਦੇ ਅੰਮ੍ਰਿਤ ਵੀ ਛਕੇ ਹੋਏ ਆ ਕਿਰਪਾਨਾਂ ਵੀ ਪਾਈਆਂ ਲੋਕਾਂ ਦੀਆਂ ਬਾਬਾ ਸ੍ਰੀ ਚੰਦ ਲੈ ਐਵੇਂ ਇਹਦਾ ਅਖੰਡ ਪਾਠ ਰੱਖ ਲੈਂਦੇ ਆ ਐਵੇਂ ਦਿਨ ਮਨਾਉਂਦੇ ਆ ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ ਦਾ ਵਚਨ ਨਹੀਂ ਮੰਨਿਆ ਨਹੀਂ ਨਹੀਂ ਇਹਨਾਂ ਲੋਕਾਂ ਉੱਥੋਂ ਤਾਂ ਹੀ ਪਹੁੰਚੇ ਨਹੀਂ ਹੈ ਉੱਥੋਂ ਤਾਂ ਹੀ ਬਾਬਾ ਸ੍ਰੀ ਚੰਦ ਨੇ ਸਾਰੀਆਂ ਪਾਤਸ਼ਾਹੀਆਂ ਕੋਲ ਗਏ ਹੈ ਮੱਥਾ ਟੇਕਿਆ ਦਰਸ਼ਨ ਕੀਤਾ ਜਦੋਂ ਗੁਰੂ ਅਰਜਨ ਸਾਹਿਬ ਨੂੰ ਗੱਦੀ ਮਿਲੀ ਹੈ ਉਦੋਂ ਪਿਰਥੀ ਚੰਦ ਰੌਲਾ ਪਾਉਂਦਾ ਸੀ ਗੋਂਦਵਾਲ ਸਾਹਿਬ ਪਾਲਕੀ ਵਿੱਚ ਬਹਿ ਗਿਆ ਸੀਗਾ ਕਹਿੰਦਾ ਮੈਂ ਵੱਡਾ ਮੈਨੂੰ ਗੱਦੀ ਮਿਲਣੀ ਚਾਹੀਦੀ ਹੈ ਅਤੇ ਸਾਰਿਆਂ ਨੇ ਆਖਿਆ ਬਾਬਾ ਸ੍ਰੀ ਚੰਦ ਜੀ ਤੁਸੀਂ ਨਿਮੇੜਾ ਕਰੋ ਬਾਬਾ ਸ੍ਰੀ ਚੰਦ ਕਹਿੰਦੇ ਗੱਦੀ ਪਿੱਛੇ ਤਾਂ ਮੈਂ ਨਹੀਂ ਲੜਿਆ ਇਹ ਗੁਰੂ ਰਾਮਦਾਸ ਨੇ ਗੱਦੀ ਦਿੱਤੀ ਅਰਜਨ ਦੇਵ ਨੂੰ ਇਹਨੂੰ ਹਿਲਾਉਣ ਵਾਲਾ ਕੋਈ ਜੰਮਿਆ ਨਹੀਂ ਪਿਰਥੀ ਚੰਦ ਚੰਗੀ ਚੋਣਾ ਉੱਠ ਖੜ ਪਿਰਥੀ ਚੰਦ ਉੱਠਿਆ ਨਹੀਂ ਬਾਬਾ ਸ੍ਰੀ ਚੰਦ ਨੇ ਉੱਠ ਕੇ ਦੋ ਚਪੇੜਾਂ ਮਾਰੀਆਂ ਕੰਨ 'ਤੇ ਇਉਂ ਆਖਿਆ ਤੈਨੂੰ ਥਾਂ ਤੂੰ ਹੈ ਨਹੀਂ ਚੱਕੋ ਇਹਦਾ ਸਾਰਾ ਜੁੱਲੀ ਬਿਸਤਰਾ ਮਾਰੋ ਚਲਾ ਕੇ ਇਹ ਬਾਬਾ ਸ੍ਰੀ ਚੰਦ ਨੇ ਉਹਨੂੰ ਬਾਹਰ ਕੱਢਿਆ ਗੋਂਦਵਾਲ ਸਾਹਿਬ ਤੋਂ ਧੱਕੇ ਮਾਰ ਕੇ ਬਾਹਰ ਕੱਢਿਆ ਇਹ ਬਾਬਾ ਸ੍ਰੀ ਚੰਦ ਨੇ ਬਾਬਾ ਸ੍ਰੀ ਚੰਦ ਕੀਰਤਪੁਰ ਸੀ ਗੁਰੂ ਛੇਵੇਂ ਪਾਤਸ਼ਾਹ ਗਏ ਛੇ ਮਹੀਨੇ ਜਾਂਦੇ ਰਹੇ ਛੇ ਮਹੀਨਿਆਂ ਬਾਅਦ ਬਾਬਾ ਸ੍ਰੀ ਚੰਦ ਨੇ ਸਮਾਧੀ ਖੋਲ੍ਹੀ ਪੁੱਛਿਆ ਕੌਣ ਆਏ ਹੈ ਕਹਿੰਦੇ ਛੇਵੀਂ ਗੱਦੀ 'ਤੇ ਹਰਗੋਬਿੰਦ ਸਾਹਿਬ ਮਹਾਰਾਜ ਉੱਠ ਖੜ੍ਹੇ ਉੱਠ ਕੇ ਕਹਿੰਦੇ ਗਲਤੀ ਬਹੁਤ ਹੋ ਗਈ ਗਲਤੀ ਮੇਰੀ ਸੁੱਧ ਬੁੱਧ ਹੈ ਨਹੀਂ ਮੈਂ ਬੁੱਢਾ ਬੰਦਾ ਹੋ ਗਿਆ ਆਪਣੇ ਉੱਤੋਂ ਕੰਬਲੀ ਲਾ ਕੇ ਗੁਰੂ ਛੇਵੇਂ ਪਾਤਸ਼ਾਹ ਦੇ ਥੱਲੇ ਵਿਛਾਈ ਛੇਵੇਂ ਪਾਤਸ਼ਾਹ ਨੇ ਆਪਣੇ ਚਾਰ ਪੁੱਤਰ ਸੀ ਨਾਲ ਉਹਨਾਂ ਨੂੰ ਆਖਿਆ ਮੱਥਾ ਟੇਕੋ ਬਾਬਾ ਸ੍ਰੀ ਚੰਦ ਨੂੰ ਜਦੋਂ ਮੱਥਾ ਟੇਕਿਆ ਬਾਬਾ ਸ੍ਰੀ ਚੰਦ ਕਹਿੰਦੇ ਆਪਦੇ ਵਾਸਤੇ ਰੱਖੇ ਕਿ ਕੋਈ ਮੇਰੇ ਵਾਸਤੇ ਵੀ ਹੈਗਾ ਇਉਂ ਆਖਿਆ ਇਹ ਆਪਦੇ ਵਾਸਤੇ ਮੇਰ ਕਰੀ ਬੈਠਾ ਕਿ ਮੇਰੇ ਵਾਸਤੇ ਵੀ ਕੋਈ ਹੈਗਾ ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਇਹ ਚਾਰੇ ਤੁਹਾਡੇ ਹੀ ਹੈ
कहिंदे मैं चार नहीं रहने एक दे एक कहिंदे जी चारे खड़े आ नाले गुरु तेग बहादुर पातशाह भी सी नाले सूरज मल सी अनी राय सी बाबा टल राय पंजमा उत्थे ज्योति जोत समा गए श्री अमृतसर पंज सी उ कहिंदे करो मेर जी दे ते करनी है ते कहिंदे नां दसो कहिंदे इहदा नां तेग बहादुर है इहदा नां अनी राय है इहदा नां सूरज मल है इहदा नां गुरदत्ता है गुरदत्ता ते बांह फड़ के कहिंदे ना चंगा नां बड़ा सोहना बाबा श्री चंद कहिंदे गुरां दिता मैनू गुरु साहब ने दिता तुसी मैनू ये दिता ते सवाह दे धूने चो चुटकी चाके ना ते ऐतानू करके मत्थे नू ला के बाबा श्री चंद कहिंदे कहिंदे तुसी मैनू दिता गुरु दिता ते मैं बनाता इहनू हिंद दा टिक्का। हुण जिहड़े दासी संत आ ना ਉਹ ਅਰਦਾਸ ਵਿੱਚ ਇਹ ਕਹਿੰਦੇ ਆ ਬਾਬਾ ਗੁਰਦਿੱਤਾ ਅਤੇ ਹਿੰਦ ਦਾ ਟਿੱਕਾ। ਹੁਣ ਇਹਦੇ 'ਚ ਫਰਕ ਕੀ ਹੋਇਆ ਸ੍ਰੀ ਚੰਦ ਅਤੇ ਫਿਰ ਗੁਰੂ ਛੇਵੇਂ ਪਾਤਸ਼ਾਹ 'ਚ? ਛੇਵੇਂ ਪਾਤਸ਼ਾਹ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਤੋਂ ਸ੍ਰੀ ਚੰਦ ਦੀ ਦੂਜੀ ਗੱਦੀ ਸ਼ੁਰੂ ਹੋਈ ਹੈ, ਸ਼ੁਰੂ ਹੋਈ ਹੈ। ਅਸੀਂ ਪੜ੍ਹਦੇ ਨਹੀਂ, ਸੁਣਦੇ ਨਹੀਂ, ਬਸ ਉਈਂ ਕਹੀ ਜਾਂਦੇ ਸ੍ਰੀ ਚੰਦ ਵੱਖਰੇ ਆ, ਨਹੀਂ ਇੰਨਾ ਹੀ। ਇਸ ਕਰਕੇ ਸਾਧ ਸੰਗਤ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਅਰਜਨ ਦੇਵ ਗੁਰੂ, ਕਹਿੰਦੇ ਆਹ ਨਿਮਰਤਾ ਭਰਿਆ ਗੁਣ ਸਾਡੇ ਵਿੱਚ ਨਾ, ਇਹ ਤਾਂ ਆਪਣੇ ਵਾਸਤੇ ਪੂਰਨੇ ਆ, ਗੁਣ ਨਾ ਆਇਆ ਤਾਂਹੀਓ ਤੁਸੀਂ ਸਾਡੇ ਬਾਪੂ ਜੀ ਦੀ ਗੁਰਗੱਦੀ 'ਤੇ ਮਾਲਕ ਦੇ ਬੈਠੇ ਆ। ਹੁਣ ਸੁਣ ਲਓ ਬਚਨ, ਗੁਰੂ ਅਰਜਨ ਸਾਹਿਬ ਕੀ ਕਹਿੰਦੇ? ਕਹਿੰਦੇ ਅਰਜਨ ਗੁਰੂ ਸਾਹਿਬ ਕਹਿੰਦੇ ਬਾਬਾ ਸ੍ਰੀ ਚੰਦ, ਗੱਦੀ ਤਾਂ ਗੁਰੂ ਨਾਨਕ ਦੀ ਹੈ, ਗੁਰੂ ਨਾਨਕ ਬੈਠਾ ਗੱਦੀ 'ਤੇ, ਮੈਂ ਨਹੀਂ ਬੈਠਾ, ਮੈਂ ਤਾਂ ਗੁਰੂ ਨਾਨਕ ਦੀ ਗੁਰਗੱਦੀ ਦਾ ਗੋਲਾ ਹਾਂ। ਇਉਂ ਆਖਿਆ, ਗੋਲਾ ਹਾਂ। ਬਾਬਾ ਸ੍ਰੀ ਚੰਦ ਕਹਿੰਦੇ ਨਹੀਂ, ਕੋਈ ਸ਼ੱਕ ਹੈ, ਤੁਸੀਂ ਪੰਜਵੇਂ ਗੁਰੂ ਨਾਨਕ। ਇਉਂ ਆਖਿਆ, ਕਿੰਨਾ ਸੋਹਣਾ ਵਚਨ ਬੋਲੇ ਬਾਬਾ ਸ੍ਰੀ ਚੰਦ, ਕੋਈ ਸ਼ੱਕ ਹੈ? ਉੱਥੇ ਫਿਰ ਸ਼ਬਦ ਉਚਾਰਨ ਕੀਤਾ, ਇਹ 62 ਪਿੰਡ ਸ਼ਬਦ ਉਚਾਰਨ ਕੀਤਾ। ਜਦੋਂ ਹੁਕਮਨਾਮਾ ਤੁਸੀਂ ਲੈਂਦੇ ਜਾਂ ਸੁਣਦੇ ਨਾ, ਉਦੋਂ ਇਹ ਵੇਖਿਓ ਉੱਥੇ ਕੀ ਕਹਿੰਦੇ ਗੁਰੂ ਅਰਜਨ ਸਾਹਿਬ ਬਾਬਾ ਸ੍ਰੀ ਚੰਦ ਨੂੰ। ਕਹਿੰਦੇ ਤੁਮ ਦਾਤੇ ਠਾਕਰ ਪਿਰਤ ਪਾਲਕ, ਇਉਂ ਬੋਲੇ, ਨਾ ਇੱਕ ਖਸਮ ਹਮਾਰੇ। ਗੁਰੂ ਅਰਜਨ ਸਾਹਿਬ ਬਾਬਾ ਸ੍ਰੀ ਚੰਦ ਨੂੰ ਕਹਿੰਦੇ ਆ ਨਿਮਕ ਨਿਮਕ ਤੁਮ ਹੀ ਪਿਰਤ ਪਾਲੋ ਹਮ ਵਾਰਕ, ਇੰਨੀ ਨਿਮਰਤਾ ਵਿਖਾਈ, ਹਮ ਵਾਰਕ ਤੁਮਰੇ ਧਾਰੇ ਜਿਹਬਾ ਏਕ ਕਵਣ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਹਿਨੂ ਲਈਐ ਕੋਟ ਅਪਰਾਧ। ਗੁਰੂ ਸਾਹਿਬ ਫਰਮਾਉਂਦੇ ਇੰਨੀ ਨਿਮਰਤਾ, ਇਹ ਆਪਣੇ ਵਾਸਤੇ ਵੀ ਆਪਾਂ ਪੜ੍ਹਾਂਗੇ, ਨਿਮਰਤਾ ਆਊਗੀ। ਕੋਟ ਅਪਰਾਧ ਹਮਾਰੇ ਖੰਡੋ, ਬਾਬਾ ਸ੍ਰੀ ਚੰਦ ਦੇ ਕੋਲ ਇਹ 62 ਪਿੰਡ ਸ਼ਬਦ ਉਚਾਰਨ ਕੀਤਾ। ਕੋਟ ਅਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋੜੀ। ਹਮ ਅਗਿਆਨੀ, ਆਪਾਂ ਕਹਿਣਾ ਅਲਪ ਮਤ ਥੋੜੀ, ਇਉਂ ਆਖਿਆ, ਆਪਣਾ ਬਿਰਧ ਰਖਾਵੋ ਤੁਮਰੀ ਸਰਨ। ਕਹਿੰਦੇ ਮੈਂ ਸ੍ਰੀ ਅੰਮ੍ਰਿਤਸਰੋਂ ਤੁਹਾਡੀ ਸਰਨ ਵਿੱਚ ਆਇਆ, ਸਰਨ ਤੁਮਰੀ ਸਰਨ ਤੁਮਾਰੀ ਆਸਾ, ਮੈਂ ਆਸਾ ਲੈ ਕੇ ਆਇਆ ਇੱਕ, ਤੁਮ ਹੀ ਸੱਜਣ। ਬਾਬਾ ਸ੍ਰੀ ਚੰਦ ਨੂੰ ਆਖਿਆ ਸਹੇਲੇ ਰਾਖੋ, ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ, ਮੈਂ ਗੁਰੂ ਨਾਨਕ ਦੇ ਘਰ ਦਾ ਗੋਲਾ ਹਾਂ। ਗੁਰੂ ਅਰਜਨ ਸਾਹਿਬ ਨੂੰ ਸ਼ਬਦ ਹੀ ਉਚਾਰਨ ਕਰਤਾ, ਮੈਂ ਗੋਲਾ ਹਾਂ, ਇਉਂ ਆਖਿਆ। ਬਾਬਾ ਜੀ ਕਹਿੰਦੇ ਸਨ ਜਿਹੜੇ ਭਾਈ ਗੋਲੇ ਬਣ ਕੇ ਸੇਵਾ ਕਰਦੇ, ਮਾਲਕ ਵੀ ਉਹੀ ਬਣ ਜਾਂਦੇ ਇਸ ਘਰ ਦੇ। ਜਿਹੜੇ ਇੱਥੇ ਗੋਲੇ ਬਣ ਕੇ ਸੇਵਾ ਕਰਦੇ ਆ ਨਾ, ਸਮਾਂ ਪੈ ਕੇ ਜਨਮ ਧਾਰ ਧਾਰ ਕੇ ਗੋਲੇ ਵੀ ਇਸੇ ਘਰ ਦੇ ਹੀ ਬਣ ਜਾਂਦੇ ਆ, ਮਾਇਆ ਦੇ ਨਾਲ ਨਹੀਂ ਬਣਦੇ।
माया मनु न बिसरै, मंगा दम्मा दम, सो प्रभ चेतना आवई नानक नहीं करम। वो नहीं बनते है जिन्होंने कमाइया कीतियां। बाबा नंद सिंह की सेवा गोले बन के की, बाबा ईश्वर सो महाराज ने तो उस घर के ही मालक बन गए। आपू समा मिलया होया है हम बड़े भागा वाली संगत करमा ना समा मिलया होया है। इस करके सात संगत के बाबा श्री चंद तीजे दो दिन रहे। तीजे दिन बाबा श्री चंद कहते जी बेनती है, कह तुसी बड़े दर्शन दिते, कृपा किवें कीती? गुरु अर्जन साहब कहते बाबा जी एक बेनती है, असी 15-16 अष्टपदियां चारण करतियां, हुण तुहाडे कोल बेनती लेके आए हैं भी एक सुखनी साहब दियां 16-8 अष्टपदियां चारण कर दिओ। बाबा श्री चंद की कहिंदे? कहिंदे मेरे कोले है नहीं गद्दी, जिहदे कोले गद्दी ना होवे ओह बाणी चारण करे ओह गुरबाणी नहीं बणूगी। तुहाडे कोले है गद्दी, जिहड़ी बाणी तुसी उचारण कर दोगे ओह सारिआं दे कोड़ कट दिया करूगी। इउं आख्या गुरु अर्जन साहब ने, आख्या मेरे गूठे उत्ते आप कोड़ है। इउं आख्या बाबा श्री चंद कहिंदे नहीं नहीं ये तुहाडे भी है नहीं गा। कहिंदे बेशक तजर्बा कर लिओ, जदों तुसी बाणी उचारण करोगे उदू बाद जब सुखनी साहब की पोथी एक दिन तुसी पढ़ोगे उदू बाद थोड़े गूठे तो भी कोड़ छुट्टी ले जाएगा। ये थोड़े वचन पल्ले बनन वाला है। तुसी पाठ करया करो, एवें लोग झूठ मारते हैं भी हुण कोड़ की बीमारी आ गई है जी, हुण करोने की बीमारी आ गई है। नहीं इधरले पासे ना जाओ, दवाई जवाला ना पाओ, इस करके मोबाइल की वरतों घट करो, सुखनी साहब का पाठ पढ़ो जिदे तजर्बा किया। तो गुरु अर्जन साहब जी कहते एड्डी दूर आए हाँ एक अष्टपदी का चारण कर दो। बाबा श्री चंद कहते नहीं मैं एक ना अद्धी भी नहीं कर सकता। कहते चंगा मोहर तो ला दो फिर एक श्लोक का चारण कर दो। बाबा श्री चंद ने बाला कहने के नाल एक श्लोक उचारण किया, वो की है कि आद सच जगाद सच है पे, सिहारियां दा बिहारियां दा फर्क पाता है पे सच, नानक होसी पे सच। वो भेद का मतलब भी तुसी ते गुरु नानक विच कोई भेद नहीं है। इउं शब्द उचारण किया होया है। इउं कई पढ़ जाते आद सच जगाद सच है भी सच, इउं नहीं कहना है पे सच, नानक होसी पे सच। बी तुहाडा गुरु अर्जन साहब का तो गुरु नानक का कोई भेद नहीं, इको ही जोत है। इउं श्लोक कह रहा। हे पोथियां लैके श्री अमृतसर आए, अठा दिनों में फिर अठ अष्टपदियां उचारण कीतियां, 24 करतियां। फिर गुरु जी ने चार पोथियां लिखाइया। गुरु अर्जन साहब जी ने भाई गुरदास जी तो, भाई गुरदास तो, ते फिर पहली पोथी जदों गुरु साहब ने इनान करके श्री अमृतसर ते अमृत वेले 2 बजे ते गुरु साहब ने हर की पौड़ी ते बह के आप सुखनी साहब का पाठ उचारण किया, आप ही पढ़िया ना पढ़िया। जिस मन वसै सुने लाए प्रीत, इउं पढ़िया करो जिस मन वसै सुने लाए प्रीत, तसी जन आवा हर प्रभ जीत, जन्म मरण ता का दुख नमारा, दुर्लभ दे आ तुहाडी दे है, ये बड़ी दुर्लभ है, दुर्लभ दे तत् काल आधारा। तत् जिहड़ा कलयुग है ना, ये तत्तों तत् ही पासे हो जाएगा एक क्षण विच। दुर्लभ दे तत् काल आधारा,
निर्मल शोभा अमृतता की बाणी, एक नाम मन में समाणी। दुख रोग अब एको गुरबाणी च फरमाया, कईयों कह पाठ करो, फिक्र ना करो, गुरु नानक मेल करेगा जी। दवाई भी ले लीए, दवाई तो उन्होंने दे दी, तुम क्यों पैने जब च ये दवाई। दुर्लभ दे तत्काल धारा, निर्मल शोभा अमृता की बाणी, एक नाम मन में समाणी। आ वेखो, दुख रोग विनसै पै परम साध नाम। साधना बाणी का नहीं है, साधना साधन का है। तुसी सुख नहीं साधा, साधन बनाओ सारे घर दे विच। तीन बजे इनान करके टका के सुख नहीं साधा, पाठ करो सवा घंटे च, डेढ़ घंटे च करो, हौली हौली करो। सारा पाठ संपूर्ण करके उठो, एक मन की सच नप दो भी किसी ना बोलना नहीं, एक फोन की सच नप दो भी कोई आवे तो मूदा पिया फोन, बस बोलना ही नहीं, बोलना नहीं। जिन्हू पता लग गया तो फोन करी जाऊ, घंटियां खड़काई जाऊ, वो की कहूगा, वह तो पक्का सिखा है, इस टाइम तो सुखनी साहब का पाठ करता होना। तुहानू कहूगा पक्का है, रिश्तेदार कहणगे वह पक्का गुरु का सिख है, कहणगे ना। घंटी बंद कर दिओ, दोने कर दिओ, बार दी मन दी कुंडी ला लो, तो तजर्बा करके वेखो। इन्निया ज्यादा गोलियां जा इन्नी बीमारी पी जी आई होर हस्पताल भरी दे जांदे हन, ते गुरु साहब कहिंदे परमेश्वर ते भुल्लिया। यही गल आ बस, व्यापण सबे रोग। बाबा जी कहिंदे नानक दुखी आ सब संसार, सो सुखी है कौन सुखी होवेगा बई, जो नाम धारा साध नाम। निर्मलता की कर्म सब ते ऊंच तांकी शोभा बनी, नानक एह गुण नाम सुख मनी। जेड़ी सुख सुख के है ना, भी मेरी जी जोत रख मनुष्छा दे ओ सुख मन के पूरी कर, उन ताके सुख बनी है नहीं आगे सुख सुख के आया। भी हे निरंकार मैनू गर्भ जून तो कढ मैं पुट्ठा लाऊ कदा, तेरा नाम जपूंगा, उन्हूं आखे सुख मनी। वो सुख नूं पूरा नहीं करते असी, वो सुख नूं पूरा करो, पाठ करो जपजी साहब सुखनी साहब रह रास वाहिगुरु शब्द मूल मंत्र का पाठ करो। इस करके साध संगत आपां नूं समा मिलिया होया है, अति वड्डे भागां वाली संगत है, कर्मां नाल समा मिलिया है। गुरु साहब ने कृपा की है, गुरु अर्जन साहब पातशाह जी ने पोथियाँ चारण करके, गुरु जी ने सारे कट्ठे करके, गुरु जी कहते बाबा बुढ़ा जी वेखो श्री चंद का वचन पूरा हो गया। वो कहते जिहड़ी बाणी उचारण कर दोगे, जिहड़ा बाणी पढ़ेगा वो कोढ़ दूर हो जाएंगे। कहते गुरु अर्जन साहब कहते असी खुद तजर्बा करके वेख्या, साढ़े कोढ़े तो कूड़ हट गया। छेवें पातशाह 13 पाठ करते सी, उन्हां दे गूठे ते नहीं होया। सातवें पातशाह भी करते सी, अठवें पातशाह सुखनी साहब का पाठ सुनिया करते सी, सुनिया करते सी, ते साध संगत। नौवें पातशाह भी 13 पाठ करते सी, दसवें पातशाह भी 13 पाठ सुखनी साहब दे रोज दे करते सी। आपां नूं समां मिलिया है खालसा जी, जागो, हुण समां मिलिया है। बाणी गुरु ते गुरु है बाणी, बिच बाणी अमृत सारे। गुरबाणी कहे सेवक जन मानै, प्रदख गुरु इउं मनना, प्रदख मनना हाजर। इन्हां लोकां दे मन लगो कि जिहड़े पैसे लैंदे आ उहनां दी गल पैसे दी है, प्रदख दी है नहीं बेचारियां दी, उहनां बस दी गल नहीं है। इस करके आपां नूं समां मिलिया माई भाई भागां वाले आ। गुरु साहब ने पोथी दित्ती काबल दे सिखां नूं, ते पोथी दे के की आख्या, जिधरों हवा आउंदी होई ना उत्थे ताकत कुछ वसायो, ते सारे पिंड दे कोड़गां नूं गुरु जी कहिंदे इक जगह ते सद लिओ, इकट्ठे कर लिओ,
करके गुरु जी कहते जिधरों हवा आती है उधरले पासे ताकत कोस रखियो ते जो ए लिखिया होया जोत लाए लोका दे मखन ना लगो जोत लायो धूप लायो कुंभ रखियो सुख नहीं साल से कुंभ रखियो गुरु जी कहते उच्ची सुर दे नाल उच्चा बैठ के ते कोड़ियां नूं हाथ जोड़ के बैठो ते सारे पाठ सुन पाठ हौली हौली करियो जेडे पाठ सुन के कन्ना च पानी पावेगी मन ते असर करेगी गुरु जी कहते जो पाठ संपूर्ण होया ते कोड़ भी संपूर्ण हो जाएगा छेवें पातशाह पंजवें पातशाह तो बाद काबल गए थे कंधार संगतां ने बहुत सत्कार किया वो कहते थोड़े बापू जी ने उत्थे बैठे ने साडा कोट ठाता इं वचन लिखा हुआ इतिहास के बीच आओ माई भाई गुरसिख अमृत वेले उठ समा बनिया है दिने संगत बहुत आती है हुण रात नूं भी आ जाते हैं डरते रहते हैं भी कोई एवं ध्यान ही ना हो जाए आप ही ना आ जाए कितने कवे तू पिया तो तेन शक्ति दिती दात दिती तू वरताई नहीं ये औखे सौखे दिन रात संगत पताई दी है हुण दुआन ला के आया गुरवाशी जी भेंगमनाल दिल्ली दास तो जाए नहीं गया फिर 25-26 साल हो गए दिल्ली दुआन लगदियां नूं बाबा जी की कृपा ही है करोना करके नागा पै गया सी हुण फिर बाबा जी की मेहर हो गई 2-4 पिंडां दीआं पंचायतां आउंदियां रहिंदियां दुआन लाउण वालियां नूं ते बेनती करी दी भी इत्थे जिन्ने मर्जी आ जाओ बाहर जाना बड़ा औखा है अज बाबा जी मेहर पुराने संगी है सारे फिर गए है ते जो शरीर दा बेरमी बहुत हैगे हुण 44वां साल सौण च लग जाणा 44 साल हो जाण 44वां साल लग जाणा 43 साल बाबा जी मेहर बोली जाईदा दिन रात नींद नूं छुट्टी मिल गई है नींद नूं आखा तू चली जा इत्थों हुण इस करके सा बेरामी नूं राम नूं राम नूं भी छुट्टी मिल गई है खाण पीण नूं भी 4 मिंटां च इशनान करी था इस करके आओ आपां नूं समां मिलिया माई भाई भागां वाले हैं जिवें तुहानूं दस्सिया गुरमर्यादा विच पाठ करो इन्ना औखे हो के गुरु साहब ने बाणी उच्चारण कीती वेखो अपनी खातर बाबा श्री चंद कोले गए ते इन्ने पूरने पाए गुरु साहब ने ते कोड़ियां दे कोड़ कट ते गुरु मारन ने आओ माई भाई गुरसिख अमृत वेले उठो सब ते वड्डा सतगुरु नानक जिन कल राखी मेरी गुरु नानक दी टेक लाओ इन्हां लोकां दे मगर ना लगो गुरु नानक साहब सब ते वड्डी है गुरु नानक पिछे भी सी हुण भी है अगे भी होवेगा गुरु नानक का सरूप घर घर विच रखो रखो तुहाडे घरे गुरु नानक का सरूप होगा तुहाडे मुंडे नूं तुहाडी लड़की नूं कोई वेखण आऊगा वो तुहाडे घरे वेखूगा उहने कहणा तो गुरु नानक दे सिख है सिख है जे मलेरकोटले का फोटो तो बली है ही नहीं जे कोई ऊं बनाया होवे उंगल अंगल दे नाल बना लेंदे कि कच्चे पेले ते उत्थे बकरे का फोटो बना देंदे आ वो की कहणगे कहणगे ये तो बोक का सेवादार है इस करके कित्थे गुरु नानक का सेवादार कित्थे बोक का सेवादार फर्क पऊगा ना तो कित्थे कोई ब्यासा वाले का होवे तो वह वेख के अगला कहूगा इतों की मिलना यह तो बेआस ही है रहन दो इतने नहीं सा करना वो तो बेआस ही है कोई आस उस नहीं इतों किसी चीज़ नहीं मिलती इस करके सास जे राधा स्वामी है अगला कहने तो कच्चे राह ही तुरै फिरता है 92 ट्रैफिक तो बाबा नानक ही है आपां उह बाबे नानक दे सिख है इस करके आओ आपां नूं समां मिलिया गुरु नानक का सरूप रखो 10वें पातशाह दा रखो बाबा आनंद सिंह महाराज नूं किसी ने बेनती की सी बाबा जी मन नहीं लगता बाणी पढ़ते हैं रस नहीं आउंदा बाबा जी कहते